ਅਲੈਕੁਮ ਜੀ ਜਨਾਬ ਮੈਂ ਅਵਰਫੋਗ ਗੁਲੁਕਾਰ ਅਬਾਸ ਜੱਟ ਜਨਾਬ ਐਸਲੇ ਆਪਣੇ ਪਹਿਲਾ ਪਾਈਆਂ ਦੇ ਨਾਲ ਮੁਖਾਤਬਾ ਤੇ ਬਸ ਮੇਰੇ ਇੱਕ ਚੀਜ਼ ਦਿਲੋਂ ਉੱਠ ਰਹੀ ਏ ਐਸਲੇ ਅਸੀਂ ਸਾਰੇ ਭਾਈ ਬੈਠੇ ਆ ਆਪਸ ਦੇ ਵਿੱਚ ਔਰ ਸਾਰੇ ਬੜੇ ਮੇਰੇ ਪਿਆਰੇ ਤੇ ਸੋਹਣੇ ਤੇ ਮਨਮੋਲੇ ਵੀਰ ਬੈਠੇ ਨੇ ਔਰ ਸਭ ਤੋਂ ਪਹਿਲੇ ਮੈਂ ਆਪਣੇ ਜਿਹੜੇ ਸਾਰੇ ਵੀ ਆਪਣੇ ਵੀਰਾਂ ਵਾਸਤੇ ਮੇਰੀ ਦੁਆਏ ਕਿ ਅੱਲਾਹ ਪਾਕ ਇਹਨਾਂ ਨੂੰ ਆਪਣੇ ਰਜ਼ਾ ਇਮਾਨ ਚ ਰੱਖੇ ਤੇ ਬਸ ਅਸੀਂ ਬੈਠੇ ਸਾਂ ਤੇ ਗੱਲ ਹੋ ਰਹੀ ਸੀ ਆਪਣਾ ਦੁਨੀਆ ਦੇ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਹਵਾਲੇ ਨਾਲ ਤੇ ਮੇਰੇ ਦਿਲ ਦੇ ਵਿੱਚ ਇੱਕ ਰਿਸ਼ਤਾ ਆਇਆ ਹੈ ਔਰ ਉਹ ਰਿਸ਼ਤਾ ਆਇਆ ਹੈ ਕਿ ਬੇਟੀ ਦਾ ਇੱਕ ਹੋਰ ਰਿਸ਼ਤਾ ਕਿ ਜਿਸ ਵੇਲੇ ਆਕਾਏ ਦੋ ਜਹਾਂ ਜਿਸ ਵੇਲੇ ਆਪਣਾ ਬੀਬੀ ਫਾਤਿਮਾ ਆਪਣਾ ਆਂਦੇਸਨ ਤਸ਼ੀਫ ਲੈ ਕੇ ਤੇ ਆਕਾਏ ਦੋ ਜਹਾਂ ਉੱਠ ਕੇ ਖੜੇ ਹੋ ਜਾਂਦੇ ਸਨ ਇhtraman ਕਿ ਵੀ ਆਪਣਾ ਬੇਟੀ ਦਾ ਕੀ ਮਕਾਮ ਹੈ ਇਸ ਵਾਸਤੇ ਕਿ ਮੇਰਾ ਭਾਈ ਪੂਰੀ ਕਾਇਨਾਤ ਦੇ ਵਿੱਚ ਜਿਸ ਵੇਲੇ ਆਕਾਏ ਦੋ ਜਹਾਨ ਦਾ ਜ਼ਹੂਰ ਹੋਇਆ ਹੈ ਤੇ ਉਹਨਾਂ ਨੇ ਆ ਕੇ ਰਿਸ਼ਤਿਆਂ ਦੀ ਪਹਿਚਾਨ ਕਰਾਈ ਹੈ ਕਿ ਕਿ ਜਿਹੜੀ ਬੇਟੀ ਹੈ ਉਹਦਾ ਕੀ ਇhtਰਾਮ ਹੈ ਔਰ ਜਿਹੜੀ والدہ ਹੈ ਉਹਦਾ ਕੀ ਮੁਕਾਮ ਹੈ ਔਰ ਔਰ ਜਿਹੜਾ ਬਾਪ ਹੈ ਉਹ ਉਹ ਆਪਣਾ ਉਹਦਾ ਕੀ ਮੁਕਾਮ ਹੈ ਤੇ ਮੈਂ ਇਸ حوالے ਨਾਲ ਜਿਹੜਾ ਨੇ ਦੋ ਤਿੰਨ ਸ਼ੇਰ ਤੁਹਾਡੇ ਨਾਲ ਪੇਸ਼ ਕਰ ਰਿਹਾ ਹਾਂ ਉਮੀਦ ਕਰਨਾ ਕਿ ਮੇਰੇ ਸਾਰੇ ਜਿਹੜੇ ਭੈਣਾਂ ਭਾਈ ਨੇ ਉਹਨਾਂ ਨੂੰ ਬਹੁਤ ਇਨਸ਼ਾਅੱਲਾ ਮਜ਼ਾ ਆਏਗਾ ਮੇਰੇ ਲਫ਼ਜ਼ਾਂ ਤੇ ਜ਼ਰਾ ਗੌਰ ਕਰਨਾ ਲੋਕੋ ਨਾਇ ਕਹਿਰ ਗੁਜ਼ਾਰੋ ਓਏ ਤੀਆਂ ਕੋਖ ਦੇ ਵਿੱਚ ਨਾ ਮਾਰੋ ਲੋਕੋ ਨਾਇ ਕਹਿਰ ਗੁਜ਼ਾਰੋ ਓਏ ਤੀਆਂ ਕੋਖ ਦੇ ਵਿੱਚ ਨਾ ਮਾਰੋ ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਮਨਾਉਂਦੀਆਂ ਨੇ ਪੁੱਤ ਵੰਡੋਂ ਹੋਣ ਜ਼ਮੀਨਾਂ ਓਏ ਧੀਆ ਦੁੱਖ ਵੰਡੌਂਦੀਆਂ ਨੇ ਲੋਕੋ ਪੁੱਤ ਵੰਡੋਂ ਹੋਣ ਜ਼ਮੀਨਾਂ ਓਏ ਧੀਆ ਦੁੱਖ ਵੰਡੌਂਦੀਆਂ ਨੇ ਅਲੀ ਜੇ ਮੈਰਜ ਕਰਾਂ ਬੇਟੀ ਇੱਕ ਐਸਾ ਰਿਸ਼ਤਾ ਹੈ ਕਿ ਮੇਰਾ ਇੱਕ ذاتی ਖਿਆਲ ਹੈ ذاتی رائے ਹੈ ਵੀ ਕਿ ਕਾਇਨਾਤ ਦੇ ਵਿੱਚ ਬੇਟੀ ਦਾ ਘਰ ਹੀ ਕੋਈ ਨਹੀਂ ਆਪਣੇ ਯਾਨੀ ਵਾਲਦਾਂ ਦੇ ਘਰ ਪੈਦਾ ਹੁੰਦੀ ਏ ਤੇ ਉਥੇ ਜਿਹੜੇ ਵੀਰਾਂ ਦੇ ਨਾਲ ਖੇਡ ਕੇ ਜਵਾਨ ਹੁੰਦੀ ਏ ਜਿਸ ਵੇਲੇ ਜਵਾਨ ਹੁੰਦੀ ਏ ਤੇ ਇੱਕ ਉਹ ਵੇਲਾ ਆ ਜਾਂਦਾ ਕਿ ਆਪਣੀ ਅੰਮੀ ਤੇ ਅੱਬੂ ਬਾਕੇ ਕਹਿੰਦੇ ਨੇ ਕਿ ਬੇਟਾ ਹੁਣ ਹੁਣ ਜਿਹੜਾ ਨਾ ਅਸੀਂ ਤਜਾਰੀ ਕਰਨ ਲੱਗੇ ਆ ਤੇ ਤੇ ਇਹ ਤੂੰ ਆਪਣੇ ਘਰ ਜਾ ਰਹੀ ਏ ਤੇ ਜਿਸ ਵੇਲੇ ਸ਼ਾਦੀ ਹੋ ਕੇ ਆਪਣੇ ਘਰ ਚਲੀ ਜਾਂਦੀ ਏ ਤੇ ਇਹ ਇੱਕ ਜ਼ਿੰਦਗੀ ਦਾ ਹਿੱਸਾ ਹੈ ਕਿ ਮੀਆਂ ਬੀਵੀ ਦੀ ਆਪਣਾ ਕਿਸੇ ਵੇਲੇ ਵੀ ਤਕਰਾਰ ਹੋ ਜਾਂਦੀ ਹੈ ਕਿਸੇ ਵੀ ਗੱਲ ਤੋਂ ਤੇ ਖਾਮਦ ਵੀ ਗੁੱਸੇ ਦੇ ਵਿੱਚ ਕਹਿ ਦਿੰਦਾ ਕਿ ਚੁੱਕ ਬੈਗ ਤੇ ਚੱਲ ਆਪਣੇ ਘਰ ਜਿਸਲੇ ਵਾਪਸ ਆਂਦੀ ਹੈ والدین ਕੋਲੇ ਤੇ ਆ ਕੇ ਸਵਾਲ ਕਰਦੀ ਹੈ ਕਿ ਅੰਮੀ ਅਬੂ ਤੁਸੀਂ ਤੇ ਕਿਆ ਸੀ ਤੈਨੂੰ ਅਸੀਂ ਭੇਜਣ ਲੱਗੀਆਂ ਤੇਰੇ ਘਰ ਤੇ ਖਾਮਦ ਨੇ ਵੀ ਕਿਹਾ ਚੱਲ ਆਪਣੇ ਘਰ ਅਬੂ ਇਹ ਤੇ ਦੱਸੋ ਕਿ ਭਈ ਆਪਣਾ ਮੇਰਾ ਘਰ ਕਿਹੜਾ ਹੈ ਇਸ ਤੋਂ ਸਾਬਤ ਹੋਇਆ ਕਿ ਬੇਟੀ ਦਾ ਕੋਈ ਘਰ ਨਹੀਂ ਔਰਤ ਦਾ ਕੋਈ ਘਰ ਨਹੀਂ ਉਹ ਦੁਨੀਆ ਦੇ ਉੱਤੇ ਸਿਰਫ ਡਿਊਟੀ ਦੇਣ ਵਾਸਤੇ ਆਈ ਹੈ ਤੇ ਲੈ ਆ dame ਬੜਾ ਕਿੰਤੀ ਸ਼ੇਰ ਕਹਿਣ ਲਗਾ ਬੜਾ ਹੀ ਕਾਬਲੇ ਗੌਰ ਂਤੀ ਬਣ ਕੇ ਜ਼ਿੰਦਗੀ ਵਿੱਚ ਕਈ ਕਿਰਦਾਰ ਨਿਭਾਉਂਦੀ ਏ ਧੀ ਬਣ ਕੇ ਜ਼ਿੰਦਗੀ ਵਿੱਚ ਕਈ ਕਿਰਦਾਰ ਨਿਭਾਉਂਦੀ ਏ ਕਦੇ ਭੈਣ ਕਦੇ بیوی ਤੇ ਕਦੇ ਮਾਂ ਅਖਵਾਉਂਦੀ ਏ ਕਦੇ ਭੈਣ ਕਦੇ بیوی ਤੇ ਕਦੇ ਮਾਂ ਅਖਵਾਉਂਦੀ ਏ ਜੇ ਮਾਪੇ ਹੋਣ ਦੁੱਖਾਂ ਵਿੱਚ ਘੇਰੇ ਜੇ ਮਾਪੇ ਹੋਣ ਦੁੱਖਾਂ ਵਿੱਚ ਘੇਰੇ ਓਏ ਪੁੱਤਰ ਸੌ ਵਾਰੀ ਮੂੰ ਉ ਫੇਰੇ ਓਏ ਪੁੱਤਰ ਸੌ ਵਾਰੀ ਮੂੰ ਫੇਰੇ ਧੀਆਂ ਫੇਰ ਵੀ ਮਾਪਿਆਂ ਦੇ ਘਰ ਭੱਜੀਆਂ ਆਉਂਦੀਆਂ ਨੇ ਪੁੱਤ ਵੰਡੋਂ ਜਮੀਨਾ ਓਏ ਧੀਆਂ ਦੁੱਖ ਵੰਡਾਉਂਦੀਆਂ ਨੇ ਲੋਕੋ ਪੁੱਤ ਵੰਡੋਂ ਜਮੀਨਾ ਓਏ ਧੀਆਂ ਦੁੱਖ ਵੰਡਾਉਂਦੀਆਂ ਨੇ ਆਖਰੀ ਜਿਹੜਾ ਬੋਲ ਮੈਂ ਕਹਿਣ ਲੱਗਾ ਬੜਾ ਹੀ ਕਾਬਲੇ ਗੌਰ ਕਿ ਅਬ ਕਾਇਨਾਤ ਦੇ ਵਿੱਚ ਜਿੰਨੇ ਵੀ ਯਾਨੀ ਕਿ ਮਜ਼ਹਬ ਨੇ ਜਾਂ ਜਨੀਆਂ ਕੌਮਾਂ ਨੇ ਮੈਂ ਨਹੀਂ ਸਮਝਦਾ ਕਿ ਆਪਣਾ ਕਿਸੇ ਵੀ ਕੌਮ ਦੇ ਵਿੱਚ ਯਾਨੀ ਕਿ ਬੇਟੀ ਨੂੰ ਸੈਕਿੰਡ ਕੀਤਾ ਗਿਆ ਲੇਕਿਨ ਇਸ صدقا محمد پاک ਦਾ ਉਹਨਾਂ ਨੇ ਆ ਕੇ ਦੱਸਿਆ ਕਿ ਬੇਟੀ ਦਾ ਮਕਾਮ ਕੀ ਹੈ ਦਾ ਇਤਰਾਮ ਕੀ ਹੈ ਤੇ ਅਗਰ ਬੇਟੀ ਨਾ ਹੋਵੇ ਤੇ ਆਉਣ ਵਾਲੀ ਜਿਹੜੀ ਯਾਨੀ ਕਿ نسل ਉਹ ਵੀ ਅੱਗੇ ਨਹੀਂ ਵੱਧ ਸਕਦੀ ਉਸ حوالے ਨਾਲ ਛੇਰ ਕਹਿਣ ਲੱਗਾ ਬੜਾ ਕੀਮਤੀ ਬੇਨਤੀਆਂ ਦੇ ਖਾਨਦਾਨ ਕਿਵੇਂ ਅੱਗੇ ਟੋਰੋਗੇ ਬੇਨਤੀਆਂ ਦੇ ਖਾਨਦਾਨ ਕਿਵੇਂ ਅੱਗੇ ਟੋਰੋਗੇ ਕੌਣ ਜਮੇਗਾ ਪੁੱਤ ਤੇ ਕਿੱਥੇ ਰਿਸ਼ਤੇ ਜੋੜੋਗੇ ਕੌਣ ਜਮੇਗਾ ਪੁੱਤ ਤੇ ਕਿੱਥੇ ਰਿਸ਼ਤੇ ਜੋੜੋਗੇ ਇਹਨੂੰ ਗੁਰਪੀਰਾ ਵੀ ਵੜਿਆ ਆ ਇਨੁ ਗੁਰ ਪੀਰਾਂ ਵੀ ਵੜਿਆ ਆ ਦੁਨੀਆਂ ਤੇ ਮਾਣ ਦਵਾਇਆ ਦੁਨੀਆਂ ਤੇ ਮਾਣ ਦਵਾਇਆ ਕਦੇ ਵਿਚਾਰੀਆਂ ਗੋਆ ਕਦੇ ਵਿਚਾਰੀਆਂ ਗੋਆ ਕਦੇ ਚਿੜੀਆਂ ਅਖਵਾਉਂਦੀਆਂ ਨੇ ਪੁੱਤ ਵੰਡੋਂ ਹੋਣ ਜ਼ਮੀਨਾਂ ਓਏ ਥੀਆਂ ਦੁੱਖ ਵੰਡਾਉਂਦੀਆਂ ਨੇ ਲੋਕੋ ਪੁੱਤ ਵੰਡੋਂ ਹੋਣ ਜ਼ਮੀਨਾਂ ਓਏ ਥੀਆਂ ਦੁੱਖ ਵੰਡਾਉਂਦੀਆਂ ਨੇ ਲੋਕੋ ਪੁੱਤ ਵੰਡੋਂ ਹੋਣ ਜ਼ਮੀਨਾਂ ਓਏ ਥੀਆਂ ਦੁੱਖ ਵੰਡਾਉਂਦੀਆਂ ਨੇ